ਏ ਆਕਾਸ਼वाणी ਜੰਮੂ ਹੈ ਡੋਗਰੀ ਖਬਰਾਂ 'ਚ ਤੁਹਾਨੂੰ ਦਾ ਸਵਾਗਤ ਹੈ ਪਹਿਲਾ ਖਾਸ ਖਬਰਾਂ ਕੰਨਾ ਮੈਂ ਨਰੇਸ਼ ਕੁਮਾਰ ਸ਼ਰਮਾ ਗ੍ਰਹਿ ਮੰਤਰੀ ਅਮਿਤ ਸ਼ੌਰੇ ਮੁਲਖਾਂ ਕੀ ਅਤੰਕਵਾਦ ਤੇ ਇਸੇ ਮਾਲੀ ਮਦਦ ਦੇਣੇ ਦੀ ਚੁਣੌਤੀ ਕੰਨਾ ਕਾਰਗਰ ਢੰਗਾਂ ਕੰਨਾ ਨਿਭੜਨ ਦਾ ਆਹਵਾਨ ਕੀਤਾ ਹੈ ਐਨਫੋਰਸਮੈਂਟ ਸੀਗੇ ਨੇ ਲਖਨਪੁਰ ਚ ਲਗਭਗ 98 ਕਿੰਟਲ ਮੋਮੀ ਲਫਾਫੇ ਜ਼ਬਤ ਕੀਤੇ ਹਨ 69ਵੇਂ ਸਹਿਕਾਰਤਾ ਹਫਤੇ ਦੇ ਸਰਬੰਧਾਂ ਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਚ ਨੇਕਾ ਕਾਰਜਕ੍ਰਮ ਕਰਾਇਆ ਜਾ ਕਰਦੇ ਹਨ FIFA ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਅੱਜ ਥਮਾ ਕਤਰ ਚ ਸ਼ੁਰੂ ਹੋਇਆ ਕਰਦਾ ਹੈ ਖਬਰਾਂ ਦੀ ਤਫਸੀਲ ਕਰਨਾ ਜਗਮੋਨ ਸ਼ਰਮਾ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨੇ ਸਭਨੇ ਦੇਸ਼ਾਂ ਦਾ ਆਹਵਾਨ ਕੀਤਾ ਹੈ ਜੋ ਆਪਣੇ ਨਿੱਜੀ ਤੇ ਕੋਲਾ ਉੱਪਰ ਉੱਠੀਏ आतंकवाद त आतंकवाद रुपया पैसा उपलब्ध करवाने कराने पर रोक लाने लिए असरदार कगर उपकरण नमी दिल्ली च आतंकवादियों की रुपया पैसा उपलब्ध करवाने पर रोक लाने संबंधी त्रीय अंतर्राष्ट्रीय सम्मेलन के समापन सत्र की संबोधित करते हुए गृहमंत्री हो कि मुल्क आतंकवादियों की उपरोतली रुपया पैसा उपलब्ध करवा करवाते हैं उन्होंने गला आतंकवाद लोकतंत्र आर्थिक विकास मनुखी अधिकारें कुल संसारी रमानदारी का सभमने शा ब दुश्मन है इस करी इस संकट मुकाबला करने लिये आतंकवाद खिलाफ इकमिक को हो लड़ाई लड़ने की लड़ है पाए ये आतंकवाद कुसे भी शक्ले च की नहीं हो है। हमारी सबसे पहली प्रतिबद्धता होनी चाहिए ट्रांसपेरेंसी के साथ कोऑपरेशन की सभी देशों को सभी संगठनों को बेहतर और प्रभावी तरीके से इंटेलिजेंस साझा करने में पूरी तरह से ट्रांसपेरेंसी का संकल्प लेना होगा हमें टेररिज्म और टेररिस्ट गुटों के खिलाफ की इस लड़ाई को प्रत्येक भौगोलिक क्षेत्र में और प्रत्येक वर्चुअल में लड़ना होगा ਇਸ ਸੰमेलन 'ਚ ਵਿਦੇਸ਼ ਮੰਤਰੀ ਐਸ ਜੇ ਸ਼ੰਕਰੋਰੇ ਨੇ ਵੀ ਅਤੰਕਵਾਦ ਦੇ ਖਿਲਾਫ ਸੰਘਰਸ਼ 'ਚ ਸਭਨੇ ਮੁਲਕਾਂ ਦੇ ਇੱਕਾ ਰੋ ਸੋਚ ਤੇ ਨਜ਼ਰੀਏ ਤੇ ਕਿੱਥੇ ਰਲਿਏ ਯਤਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਵਿਦੇਸ਼ ਮੰਤਰੀ ਉਹ ਰਿਆਖ ਹੈ ਜੇ ਕੱਟੜਪੰਥੀ ਸੋਚ ਦੇ ਕਾਰਨ ਅਤੰਕਵਾਦ ਕੀ ਵਿਪੜਾਵਧਦਾ ਤੇ ਇਸ ਕਰੀਏ ਇਸ ਖਤਰੇ ਕਰਨੇ ਨਿਭੜਨੇ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਹੈ। ਉਹਨੇ ਕਿਹਾ ਜੇ ਕਿਸ਼ ਮੁਲਕ ਅਤੰਕਵਾਦ ਕੀ ਆਪਣੀ ਸਰਕਾਰੀ ਕੂਟਨੀਤੀ ਦੇ ਤੌਰ 'ਤੇ ਵਰਤਮਾਲ ਕਰਾ ਕਰਦੇ ਨੇ ਜਿਹੜਾ ਜਿਸਮੂਲ ਚ ਮਨੁੱਖਤਾ ਦੀ ਸੁਰੱਖਿਆ ਤੇ ਸਲਾਮਤੀ ਬੜਾ ਵੱਡਾ ਖਤਰਾ ਹੈ ਕਸ਼ਮੀਰ ਕਾਟੀ ਦੇ ਅਨੰਤਨਾਗ ਜ਼ਿਲ੍ਹੇ ਚ ਅਜਬੜਲੇ ਮੂਨੇਰੇ ਆਤੰਕਵਾਦੀਆਂ ਦੇ ਸੁਰੱਖਿਆ ਬਲੇਬਿਸ਼ਕਾਰ ਟਾਕਰਾ ਛਿੜੀਪੇ ਦਾ ਜਾਣਕਾਰੀ ਮੁਜੇ ਵੀ ਟਾਕਰਾ ਜ਼ਿਲ੍ਹੇ ਦੇ ਵਿਚ ਬਿਹੜਾ ਇਲਾਕੇ ਚ ਜੇਕੀ ਡੁੱਡੁਥਾਰ ਖੀਰੀ ਜਾਣਕਾਰੀ ਤੋਂ ਨਿਤਗਰ ਟਾਕਰਾ ਜਾਰੀ ਹਾ ਜੰਮੂ ਕਸ਼ਮੀਰ ਪੁਲ ਸੇ ਲਖਨਪੁਰ ਚ 9840 ਕਿਲੋਗ੍ਰਾਮ ਮੋਮ ਬਿਲਫਾਫੇ ਜ਼ਬਤ ਕੀਤੇ ਨੇ ਪੰਜਾਬ ਦੇ ਲੁਧਿਆਣਾ ਥਾਮਾ ਜੰਮੂ ਆਬਾਰਦੀਕ ਗੱਡੀ ਦੀ ਤਲਾਸ਼ੀ ਦੌਰਾਨ ਇਹ ਬਰਾਮਦਗੀ ਕੀਤੀ ਗਈ ਇਮੋਬਿਲ ਲਫਾਫੇ 328 ਬਕ ਬਕ ਛੋਲਿਨ ਚ ਪੈਕ ਕਰੀਏ ਰੱਖੇਗੇ ਦੇਹ 2017 ਵਾਲੇ ਸੀਜੀਐਸਟੀ ਕਾਨੂੰਨ ਤਹਿਤ ਇਹ ਸਾਰਾ ਸਮਾਨ ਜ਼ਬਤ ਕਰੀਏ 18720 ਰੁਪਏ ਦਾ ਜੁਰਮਾਨਾ ਬਿਲਾਇਆ ਗਿਆ ਕੁਠੂਆ ਦੇ ਡੀਸੀਸੀਐਲ ਟੈਕਸ ਨੇ ਮੀਡੀਆ ਕੇ ਸੰਬੋਧਿਤ ਕਰਦੀ ਹੋਈ ਆਮ ਲੋਕਾਂ ਕੇ ਅਗੇ ਵੀ ਅਪੀਲ ਕੀਤੀ ਹੈ ਜੋ ਮੋਬਿਲ ਲਫਾਫੇ ਦਾ ਇਸਤੇਮਾਲ ਨਹੀਂ ਕਰਨ बड़ी ब्राह्मणा च कल नत्रव सहकारिता हफ्ता मनाया गया सहकारिता विभाग दिया स सचिव शा मुगदल और समारोह च मुख्य अतिथि के तौरा पर मौजूद सांबा दिया डिप्टी कमिश्नर अनुराधा गुप्ता और समारोह च आदर इस मौके पर बोलती हौके पर मुगदल हुतल महिला आधारित पांच सहकारी समितियां दर्ज कराने महकमे की मुबारकबाद दी उन्हें सहकारी बाजार का सुझाव भी दी आख स अगुआ बनी ਮੇਘੀ ਸਟਾਲੇ ਪਰ ਦਸਕੇ ਦੇ ਉਤਪਾਦਾਂ ਦੀ ਈਪਿਕਰੀ ਪ੍ਰਤੀਆਂ ਕੇਂਦਰਿਤ ਕਰਨ ਲਈ ਵੀ ਆਖਿਆ ਆਪਣੇ ਪਾਸ ਨਾਚੀ ਡਿਪਟੀ ਕਮਿਸ਼ਨਰ ਹੋ ਰਹੇ ਸੰਬਾ ਜ਼ਿਲ੍ਹੇ ਦੀ ਈ ਬਿਕਰੀ ਥਾਰ ਬੋਬੋਦੀ ਸੰਦੂਕੜੀ ਚ ਸੰਬਾ ਦੇ ਉਤਪਾਦਨ ਦੀ ਜਾਣਕਾਰੀ ਉਪਲਬਧ ਕਰਾਉਣੇ ਆਸਤੇ ਬੱਕ ਬੱਕ ਸਹਿਕਾਰੀ ਸਮਿਤੀਆਂ ਦੇ ਸਦਸਿਆਂ ਦੇ ਕੰਮੇ ਪਰ ਲੋਪਾਈ ਇਹ ਖਬਰਾਂ ਤੋਂ ਉਸ ਆਕਾਸ਼ਵਾਣੀ ਜੰਮੂ ਪ੍ਰਸਾਰਣਤੋ ਬਾਕੀ ਦੀਆਂ ਖਬਰਾਂ ਕਰਨੇ ਨਰੇਸ਼ ਸ਼ਰਮਾ ਰੁਨਜਮਾ ਅੰਤਰਰਾਸ਼ਟਰੀ ਫਿਲਮ ਉਤਸਵ ਜਥਾ ਮਾ ਗੋਵਿਆ ਚ ਲੱਗਾ ਕਰਦਾ ਹੈ ਉਦਘਾਟਨ ਵਾਲਾ ਸਮਾਰੋਹ ਪੰਜੀ ਕੋਲ ਡਾਕਟਰ ਸ਼ਾਮਾ ਪ੍ਰਸਾਦ ਮੋਹਰਜੀ ਇਨਡੋਰ ਸਟੇਡੀਅਮ ਚ ਲਾਇਆ ਗਿਆ ਨੌਰੋਜ਼ਾ ਇਸ ਉਤਸਵ ਚ ਉਨ 70 ਮੁਲਕਿਆਂ ਦੀਆਂ કુલ 280 ਫਿਲਮਾਂ ਦਸੀਂ ਜਾਗਣ ਉਦਘਾਟਨ ਲਈ ਸਮਾਰੋਚ ਸਪੇਨ ਦੇ ਫਿਲਮ ਡਾਇਰੈਕਟਰ 카ਰਲੋਸ ਸੋਰਾ ਔਰਿੰਗੀ ਸत्यजीत रे ਲਾਈਫਟਾਈਮ ਅਚੀਵਮੈਂਟ ਪੁਰਸਕਾਰ ਕਨਾ ਸਨਮਾਨਿਤ ਕੀਤਾ ਜਾਗ ਗੋਆ ਦੇ ਰਾਜਪਾਲ ਪੀਐਸ ਸ਼੍ਰੀਧਰਨ ਮੁੱਖ ਮੰਤਰੀ ਪਰਮੋਦ ਸਾਵੰਦ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕਰ ਤੇ ਰਾਜ ਮੰਤਰੀ ਐਲ ਮੁਰਗਨ ਔਰ ਉਤਸਵ ਚ ਸ਼ਾਮਲ ਹੋਗਣ ਸਕਵਾਸਟ ਜੰਮੂ ਪਾਸੇ ਆ ਲੋਏਗੇ ਦੇ ਪੰਜ ਰੋਜ਼ਾ ਕ੍ਰਿਸ਼ਕ ਮੇਲੇ ਦੇ ਕੱਲ ਤਰੀਕ ਰੋਜ਼ कृषि विज्ञान ते टेक्नोलॉजी दी ਸ਼ੇਰ ਕਸ਼ਮੀਰ ਯੂਨੀਵਰਸਿਟੀ ਜੰਮੂ ਤੇ ਕੇਂਦਰੀ ਰੇਸ਼ਮ ਅਨੁਸੰਧਾਨ ਤੇ ਟ੍ਰੇਨਿੰਗ ਸੰਸਥਾਨ ਪੰਪੌਰ ਕਸ਼ਮੀਰ ਵਿਚਕਾਰ ਇੱਕ ਸਮਝੌਤੇ ਪਰ ਦਸਤਖਤ ਕੀਤੇ ਗਏ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਜੇਪੀ ਸ਼ਰਮਾ ਤੇ ਸੰਸਥਾਨ ਦੇ ਡਾਇਰੈਕਟਰ ਡਾਕਟਰ ਦੀਦਾਰ ਸਿੰਘ ਹੋਰ ਵੀ ਇਸ ਮੌਕੇ ਉਥੇ ਮੌਜੂਦ ਹੈ ਇਸ ਸਮਝੌਤੇ ਦਾ ਮਕਸਦ ਅਨੁਸੰਧਾਨ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨਾ ਹੈ ਕੱਲ ਹਿਮਾਲਿਆਨ ਵਨ ਅਨੁਸੰਧਾਨ ਸੰਸਥਾਨ Shimla ਦੇ ਡਾਇਰੈਕਟਰ ਡਾਕਟਰ ਸੰਦੀਪ ਸ਼ਰਮਾ ਦੀ ਪ੍ਰਧਾਨਤਾ ਚ ਕੁਦਰਤੀ ਖੇਤੀਬਾੜੀ ਸਿਧਾਂਤ ਤੇ ਫਾਇਦੇ ਵਿਸ਼ੇ ਪਰ ਇੱਕ ਤਕਨੀਕੀ ਸੈਮਿਨਾਰ ਲਾਇਆ ਗਿਆ। ਇਹਦੇ ਚ ਡਾਕਟਰ ਪ੍ਰਸ਼ਾਂਤ ਬਖਸ਼ੀ ਹੋਰੇ ਫਲੰਦੀ ਜੈਵਿਕ ਪੈਦਾਵਾਰ ਪਰ تفصیلی ਜਾਣਕਾਰੀ ਦਿੱਤੀ ਤੇ ਪ੍ਰੋਫੈਸਰ ਵਿਕਾਸ ਬਰੋਲ ਹੋਰੇ ਟਿਕਾਊ ਖੇਤੀਬਾੜੀ ਚ ਜੈਵਿਕ LNT ਮਤਬਾ ਉਪਰ ਲੋਪਾਈ। ਸਕਵਾਸਟ ਜੰਮੂ ਦੇ ਅਨੁਸੰਧਾਨਬਾਰਾ ਦੇ ਸਾਬਕਾ ਨਿਰਦੇਸ਼ਕ ਡਾਕਟਰ ਜੇਪੀ ਸ਼ਰਮਾ ਦੀ ਪ੍ਰਧਾਨਤਾ ਚ ਇੱਕ ਕਿਸਾਨ ਗੋਸ਼ਟੀ ਦਾ ਵੀ ਸਰਸਤਾ ਕੀਤਾ ਗਿਆ। ਕਸ਼ਤਵਾਰ ਜ਼ਿਲ੍ਹੇ ਦੇ ਛਾਤਰੂ ਇਲਾਕੇ ਚ ਦਿਲਾਰ ਥਾਰਾ ਇੱਕ ਕਾਰਿਆ ਦੇ ਸੜਕਾਂ ਭਰਾ ਰੁਲ ਗਿਆ ਡੂੰਘੇ ਖੱਡਾ ਚ ਜਾਈ ਪਾਉਣੇ ਕਾਰਨ ਚੋਂ ਜਨ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਦੀ ਜਾਣਕਾਰੀ ਥਾਉਣੇ ਪਰ ਪੁਲਿਸ ਦੀ ਇੱਕ ਟੀਮ ਤੁਰਤ ਹਾਦਸੇ ਵਾਲੀ ਥਾਰਾ ਪੁੱਜੀ ਤੇ ਕਾਇਲਨ ਕੀ ਨੇੜੇ ਦੇ ਹਸਪਤਾਲ ਪਹੁੰਚਾਇਆ ਮਗਰਾ ਗੰਭੀਰ ਤੌਰ 'ਤੇ ਪਰ ਦੋ ਜਣੇ ਕੀ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਹੈ ਖੀਰੇ ਜਾਣਕਾਰੀ ਤੁਹਾਨੂੰ ਤੱਕ ਸਭ ਨੇ ਕਾਇਲਨ ਦੀ ਹਾਲਤ ਖਤਰੇ ਕੂਲਾ ਬਾਰ ਹੀ ਇਹ ਸਭ ਦੇ ਲਾਰਾ ਛਾਤਰੂ ਦੇ ਰੋਣੇ ਲੈਣ ਛਾਤਰੂ ਪੁਲਿਸ ਐ ਇਸ ਬਾਰੇ ਮਾਮਲਾ ਦਰਜ ਕਰ ਲਤਾ ਹੈ सेहतते मेडिकल शिक्षा ਦੇ ਸਚਿਵ ਭੁਪਿੰਦਰ ਕੁਮਾਰ ਹੋ ਰਹੇ ਹਨ ਕਸ਼ਤਵੜ ਜ਼ਿਲ੍ਹੇ ਦੀ ਵਿਕਾਸ ਸਥਿਤੀ ਦਾ ਜਾਇਜ਼ਾ ਲਾਤਾ ਹੈ ਇਸ ਸਰਵੰਦਾ ਜਲਾਈਗੇ ਦੇ ਇੱਕ ਮੀਟਿੰਗ ਦੌਰਾਨ ਸਚਿਵ ਹੋ ਰਹੇ ਜ਼ਿਲ੍ਹਾ ਕੈਪੈਕਸ ਬਜਟ ਮਨਰੇਗਾ ਨਬਾਰਡ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਜਲ ਜੀਵਨ ਮਿਸ਼ਨ ਤੇ ਹੋਰਨੇ ਸਕੀਮਾਂ ਤਹਿਤ ਅਥਾ ਚ ਲਾਤੇ ਗਏ ਵੱਖ-ਵੱਖ ਕੰਮਾਂ ਦੀ مالی ਤੇ ਜ਼ਮੀਨੀ ਸਥਿਤੀ ਦਾ تفصیلی ਕਨ ਜਾਇਜ਼ਾ ਲਾਤਾ ਇਸ ਮੌਕੇ 'ਤੇ ਬੋਲਦੇ ਸਚਿਪੋਰੇ ਅਧਿਕਾਰੀਆਂ ਗੀ ਮਿੱਥੇ ਦੇ ਲਕਸ਼ਾ ਹਸਲ ਕਰਨੇ ਤੇ ਜਾਰੀ ਕੀਤੇ ਗਏ ਫੰਡ ਦੀ ਵਰਤੋਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਹਨੇ ਅਧਿਕਾਰੀਆਂ ਗੀ ਮਨਜ਼ੂਰਸ਼ੁਦਾ ਕੰਮੇ ਦੀ ਪ੍ਰਗਤੀ ਤੇ ਉਹਦੇ ਮਿਆਰ ਦੀ ਆਪੋ ਨਿਗਰਾਨੀ ਕਰਨੇ ਤੇ ਉਹਨਾਂ ਗੀ ਸਮੇਂ ਸਿਰ ਪੂਰਾ ਕਰਨਿਆਸਤਾ ਉਹਦੇ ਰਫਤਾਰ ਤੇਜ਼ ਕਰਨ ਲਈ ਆਖਿਆ। ਦੂਰਦਰਸ਼ਨ ਦੇ ਇੱਕ ਖੇਤਰੀ ਸਮਾਚਾਰ ਇਕਾਂਸ਼ ਚ ਡੋਗਰੀ ਦੇ ਕੈਜੂਅਲ ਸਮਾਚਾਰ ਵਾਚਕ ਤੇ ਨਿਊਜ਼ ਐਂਕਰ ਕਾਪੀ ਐਡੀਟਰ ਵੈੱਬਸਾਈਟ ਅਸਿਸਟੈਂਟ ਤੇ ਐਡੀਟੋਰੀਅਲ ਅਸਿਸਟੈਂਟ ਦੇ ਕੈਜੂਅਲ ਪੈਨਲ ਲਈ ਜੰਮੂ ਸੰਭਾਗ ਦੇ ਇੱਛੁਕ ਉਮੀਦਵਾਰਾਂ ਕੋਲ ਦਰਖਾਸਤ ਮੰਗੀ ਅੰਗੇ ਦੀਆਂ ਹਨ ਨਿਊਜ਼ ਐਂਕਰ ਲਈ ਤਾਲੀਮੀ ਯੋਗਤਾ ਕੁਸਾ ਵੀ ਇਮਾਨਤਾ ਆਸਲ ਯੂਨੀਵਰਸਿਟੀ ਤੋਂ ਮੰਡਿਗਰੀ ਮੀਦਵਾਰ ਕੀ ਡੋਗਰੀ ਪਾਸ਼ਾ ਬੋਲਨੇ ਲਿਖਨੇ ਤੇ ਪੜ੍ਹਨੇ ਚ ਮਹਾਰਤ ਦੇ ਕਨੋ ਕੰਨੀ ਪ੍ਰਸਾਰਣ ਯੋਗ ਖਰੀ ਆਵਾਜ਼ ਤੇ ਕੈਮਰੇ ਸਾਹਮਣੇ ਬੋਲਨੇ ਦਾ ਸਲੀਕਾ ਉਹਨਾਂ ਲੋੜ ਚਦਾ ਔਰਨੇ ਸ਼੍ਰੇਣੀਆਂ ਲਈ ਜਰਨਲਿਜ਼ਮ ਜਾਨੇ ਪੱਤਰਕਾਰਤਾ ਚ ਡਿਗਰੀ ਜਾਂ ਡਿਪਲੋਮਾ ਹੋਣਾ ਵੀ ਲਾਜ਼ਮੀ ਹੈ ਇਹਦੇ ਲਈ ਦਰਖਾਸਤਾਂ 13 ਦਸੰਬਰ 2022 ਤੱਕ ਲੋਡ ਚ ਦੇ ਦਸਤਾਵੇਜ਼ਾਂ ਸਮੇਤ ਇਸ ਪਤੇ ਪਰ ਦਸਤੀ ਜਮ੍ਹਾਂ ਕਰਾਈਆਂ ਜਾ ਸਕਦੀਆਂ ਹਨ ਪਤਾ ਹੈ ਦੀ ਹੈੱਡ ਆਫ ਨਿਊਜ਼ ਰੀਜਨਲ ਨਿਊਜ਼ ਯੂਨਿਟ ਦਰਦਸ਼ਨ ਕੇਂਦਰ ਟਾਲੀ ਮੋੜ ਜੰਮੂ ਇਸ ਬਾਰੇ ਪੂਰੀ ਜਾਣਕਾਰੀ ਪ੍ਰਸਾਰ ਭਾਰਤੀ ਦੀ ਵੈੱਬਸਾਈਟ prasarbharati.gov.in ਉਪਰ ਅਸਲ ਕੀਤੀ ਜਾ ਸਕਦੀ ਹੈ ਅਕਾਸ਼ਬਾਨੀ ਜੰਮੂ ਦਾ ਪ੍ਰਾਦੇਸ਼ਿਕਾ ਸਮਾਚਾਰ ਆਕਾਸ਼ ਅੰਸ਼ ਕਾਲਿਕ ਸੰਵਾਦਾਂ ਤਾਂ ਯਾਨੀ ਪੀਟੀਸੀ ਦੇ ਪੈਨਲ ਲਈ ਉਦੋਂਪੁਰ ਤੇ ਕ੍ਰਿਸ਼ਪੜ ਜ਼ਿਲ੍ਹੇ ਚ ਰਹੋਣ ਵਾਲੇ ਓਕੜੇ ਮਹਿਦਵਾਰਾ ਤੁਮ ਸਾਦੇ ਕਾਗਜ਼ਾ ਪਰ ਆਵੇਦਨ ਆਮੰਤਰਿਤ ਕਰਦਾ ਹੈ ਜਿੰਦੀ ਉਮਰ 24 ਤੋਂ 45 ਭਰਿੰਦੇ ਬਿਸ਼ਕਾਰ ਹੋਵੇ ਪੀਟੀਸੀ ਲਈ ਘਟੋਕਟ ਤਾਲੀਮੀ ਯੋਗਤਾ ਪੱਤਰਕਾਰਤਾ ਚ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਡਿਗਰੀ ਜਾਂ ਫੀ ਪੱਤਰਕਾਰਤਾ ਦੇ ਖੇਤਰ ਚ ਦੋਂ ਭਰਿੰਦੇ ਤਜਰਬੇ ਦੇ ਕਰਨੇ ਕੁਸਾ ਮਾਨਤਾ ਅਸਲ ਯੂਨੀਵਰਸਿਟੀ ਤੁਮਾ ਗ੍ਰੈਜੂਏਸ਼ਨ ਹੋਣੀ ਲੋੜ ਚ ਦੀ ਹੈ ਮੇਦਬਾਰ ਕੇ ਕੰਪਿਊਟਰ ਤੇ ਵਰਡ ਪ੍ਰੋਸੈਸਿੰਗ ਦਾ ਗਿਆਨ ਖਬਰਾਂ ਤਿਆਰ ਕਰਨੇ ਦੇ ਕੰਮ ਚ ਵਰਤੋਣ ਵਾਲੇ ਉਪਕਰਣੇ ਦਾ ਉਹਦੇ ਕਸ਼ ਹੋਣਾ ਤੇ ਇਲੈਕਟ੍ਰੋਨਿਕ ਮੀਡੀਆ ਲਈ ਕੰਮ ਕਰਿੰਦਾ ਤਜ਼ਬਾ ਵੀ ਉਹਨਾਂ ਲੋੜ ਚ ਦਿਆ ਹੈ ਅਵੇਦਨ ਕਰਨ ਵਾਲੇ ਮੇਦਵਾਰ ਦੀ ਰਿਹਾਈਸ਼ ਸਰਬੰਧਿਤ ਜ਼ਿਲ੍ਹਾ ਮੁਖੀਅਲੇ ਜਾਂ ਨਗਰਪਾਲਿਕਾ ਦੇ ਆਦ ਦੇ 10 ਕਿਲੋਮੀਟਰ ਦੇ ਦਾਰੇ ਅੰਦਰ ਗਏ ਉਹਨਾਂ ਲੋੜ ਚ ਦਿਆ ਹੈ ਇਹਦੇ ਲਈ ਸਭਨੇ ਜ਼ਰੂਰੀ ਦਸਤਾਵੇਜ਼ਾਂ ਦੇ ਕੰਨਾਂ ਅਵੇਦਨ ਦੀ ਕਾਪੀ 3 ਨਵੰਬਰ 2022 ਤੱਕ ਇਸ ਪਤੇ ਉੱਪਰ ਪਹੁੰਚੀ ਜਾਣੀ ਚਾਹੀਦੀ ਹੈ ਪਤਾ ਹੈਡ ਆਫ ਨਿਊਜ਼ origional ਨਿਊਜ਼ ਯੂਨਿਟ ਆਲ ਇੰਡੀਆ ਰੇਡੀਓ ਪੈਂਤ੍ਰੀ ਜੰਮੂ ਪਿੰਨ ਕੋਡ 18001 ਵਿਸ਼ਪ ਕੱਪ ਫੁੱਟਬਾਲ ਟੂਰਨਾਮੈਂਟ ਅੱਜ ਕਤਰ ਵਿੱਚ ਸ਼ੁਰੂ ਹੋਇਆ ਕਰਦਾ ਹੈ 28 ਦਿਨ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਕੁੱਲ 32 ਟੀਮਾਂ ਹਿੱਸਾ ਲੈ ਕਰਦੀਆਂ ਹਨ ਪ੍ਰਤੀਯੋਗਤਾ ਵਿੱਚ ਕੁੱਲ 64 ਮੈਚ ਖੇਡੇ ਜਾਣਗੇ ਇਹ ਪਹਿਲਾ ਮੌਕਾ ਹੈ ਜੇ ਫੁੱਟਬਾਲ ਵਿਸ਼ਪ ਕੱਪ ਕੁਸੈ ਮੱਧੇ ਅਸ਼ੀਆਈ ਮੁਲਕਾਂ ਵਿੱਚ ਆਯੋਜਿਤ ਕੀਤਾ ਜਾ ਕਰਦਾ ਹੈ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਮੌਜੂਦਾ T20 ਕ੍ਰਿਕਟ ਸ਼੍ਰੇਨਖਲਾ ਦਾ ਦੂਜਾ ਮੁਕਾਬਲਾ ਅੱਜ ਨਿਊਜ਼ੀਲੈਂਡ ਦੇ ਬਿਓਵਲ ਗਰਾਊਂਡ 'ਚ ਖੇਡਿਆ ਜਾਗ ਭਾਰਤੀ ਸਮੇਂ ਮੁਤਾਬਕ ਇਹ ਮੈਚ ਦਿਨੇ ਕੋਈ 12 ਵਜੇ ਸ਼ੁਰੂ ਹੋਗ ਅਤਰੋ ਸ਼ੁੱਕਰਵਾਰ ਦੇ ਪਹਿਲਾ ਮੈਚ ਬਰਖਾ ਕਾਰਨ ਰੱਦ ਕਰ ਦਿੱਤਾ ਗਿਆ ਹਾ ਤੇ ਅਖੀਰ ਅਜ ਖਾਸ ਖਾਸ ਖਬਰਾਂ ਹੀ ਕੋਈ ਪੜਤੀ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਭ ਨੇ ਮੁਲਕਾਂ ਕੀ ਆਤੰਕਵਾਦ ਤੇ ਸੀ ਮਾਲੀ ਮਦਦ ਦੇਣੇ ਦੀ ਚੁਣੌਤੀ ਕਰਨੇ ਕਾਰਗਰ ਢੰਗ ਨਾਲ ਨਿਭੜਨੇ ਦਾ ਆਹਵਾਨ ਕੀਤਾ ਹੈ ਐਨਫੋਰਸਮੈਂਟ ਸੀਗੇ ਨੇ ਲਖਨਪੁਰ ਚ ਲਗਭਗ 98 ਕੁਇੰਟਲ ਮੋਮੀ ਲਫਾਫੇ ਜ਼ਬਤ ਕੀਤੇ ਨੇ ਨੱਤਰ ਮੇ ਸਹਿਕਾਰਤਾ ਹਫਤੇ ਦਾ ਸਰਬੰਧ ਹੈ ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਨੇਕਾਂ ਕਾਰਜਕ੍ਰਮ ਕਰਾਇਆ ਜਾ ਕਰਦੇ ਨੇ ਤੇ ਫੀਫਾ ਵਿਸ਼ਵ ਕਪ ਫੁੱਟਬਾਲ ਟੂਰਨਾਮੈਂਟ ਅੱਜਾ ਥਮਾ ਕਤਰ ਚ ਸ਼ੁਰੂਆਤ ਦਾ ਇਹਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ